ਹਾਂਜੀ ਚਾਓ ਸਾਹਿਬ ਨੂੰ, ਅਤੇ ਅਸੀਂ ਅੱਜ ਦੇਖਾਂਗੇ ਕਿ ਅਸੀਂ ਪਤਨ 'ਤੇ ਜਿਹੜਾ ਵੇ ਸੀ ਉਹਦੇ ਲਈ ਅਸੀਂ ਕਿੱਥੋਂ ਅਸੀਂ ਰਿਵੀਜ਼ਨ ਕਰਨੀ ਹੈ, ਕਿੱਥੋਂ ਅਸੀਂ ਪੜ੍ਹਨਾ ਸਮਝਣਾ, ਠੀਕ ਹੈ, ਔਰ ਯਾਨੀ ਕਿ ਕਿਵੇਂ ਕਰਕੇ ਅਸੀਂ ਪੜ੍ਹਨਾ, ਜਿਵੇਂ ਕਿ ਮੈਂ ਕਹਿੰਦਾ ਵਾਂ, ਠੀਕ ਹੈ। ਅਤੇ ਅਸੀਂ ਲਿਖਾਂਗੇ ਸਭ ਤੋਂ ਪਹਿਲੇ ਗੂਗਲ 'ਤੇ ਜਾ ਕੇ, ਜਿਵੇਂ ਕਿ ਅਸੀਂ ਇੱਥੇ ਗੂਗਲ 'ਤੇ ਗਏ ਹਾਂ, ਗੂਗਲ 'ਤੇ ਜਾ ਕੇ ਲਿਖਾਂਗੇ ਪਤਨ 'ਤੇ ਸੀ, ਨਹੀਂ ਵੈਬ ਪਤਨ 'ਤੇ ਸੀ, ਵੈਬ ਪਤਨ 'ਤੇ, ਵੈਬ ਸਪੇਸ ਕਰ ਲਓ ਪਤਨ 'ਤੇ ਸੀ, ਜਾਂ ਵੈਬ ਪਤਨ 'ਤੇ ਸੁਪਰੀ ਬਾਰੇ ਵੀ ਕਹਿ ਸਕਦੇ ਹੋ ਤੁਸੀਂ, ਠੀਕ ਹੈ। ਜਿਵੇਂ ਕਿ ਉੱਤੇ ਸਾਡੇ ਕੋਲ ਪਹਿਲੀ ਸਰਚ ਆਈ ਹੈ, ਇਹਨੂੰ ਕਲਿੱਕ ਕਰਾਂਗੇ ਅਸੀਂ, ਵੈਬ ਪਤਨ 'ਤੇ ਸੀ ਨੂੰ, CCERMASTRY, ਠੀਕ ਹੈ। ਇਹਨੂੰ ਕਲਿੱਕ ਕਰਕੇ ਅੱਗੇ ਸਾਡੇ ਕੋਲ ਚਾਰ ਆਪਸ਼ਨ ਆ ਗਏ ਨੇ, ਈ ਵਾਲਾ ਰੈੱਡ ਕਲਰ ਵਿੱਚ ਹੈ, ਏ ਵਾਲਾ ਯੈਲੋ ਕਲਰ ਵਿੱਚ ਹੈ, ਐੱਸ ਵਾਲਾ ਬਲੂ ਵਿੱਚ, ਔਰ ਆਰ ਵਾਲਾ ਗ੍ਰੀਨ ਕਲਰ ਵਿੱਚ। ਈ ਸਿਮੂਲੇਸ਼ਨ ਐਗਜ਼ਾਮ ਹੈ, ਇਹਨੂੰ ਫਿਲਹਾਲ ਨਹੀਂ ਸੀ ਖੋਲ੍ਹਣਾ। ਏ ਵਾਲਾ ਇਸ ਚੀਜ਼ ਦੇ ਫਰਕ ਮੈਂ, ਅਤੇ ਇਹਨੂੰ ਇਹਦੇ ਨਾਲ ਇਹਨੂੰ ਅਸੀਂ ਖੋਲ੍ਹਣਾ, ਇਹਨੂੰ ਯੂਜ਼ ਕਰਨਾ। ਸਲੈਸ਼ਨ ਦੀ ਕਵੀਜ਼ ਤੁਹਾਨੂੰ ਲੋੜ ਨਹੀਂ ਹੈ ਵੀ, ਔਰ ਰਿਜ਼ਲਟ ਦਾ ਪ੍ਰੋਬਲਮ ਮੈਂ ਆਪਣੇ ਦੱਸਾਂ ਕਿੱਥੇ ਯੂਜ਼ ਕਰਨਾ। ਇਹ ਵਾਲਾ ਇਸ ਚੀਜ਼ ਦੇ ਬਾਰੇ ਅਰਗੂਮੈਂਟ, ਜਿਹੜਾ ਦੂਸਰਾ ਨੰਬਰ ਵਾਲਾ ਯੈਲੋ ਵਾਲਾ ਹੈ, ਸਿਰਫ ਇਹਦੇ ਨਾਲ ਫਿਲਹਾਲ ਸਾਡਾ ਤਲਕ ਹੈ, ਜਿਸ ਟਾਈਮ ਅਸੀਂ ਰਿਵੀਜ਼ਨ ਕਰਦੇ ਹਾਂ ਫਿਰ, ਠੀਕ ਹੈ। ਜਿਹੜਾ ਮੈਂ ਤੁਹਾਨੂੰ ਪੜ੍ਹਾਂਗਾ ਉਹਦੇ ਬਾਅਦ ਵੀ ਤੁਸੀਂ ਕੀ ਕਰਨਾ ਉਹਦੇ ਬਾਰੇ। ਫੋਰ ਐਗਜ਼ਾਮਪਲ, ਅਸੀਂ ਇਨ ਕੇਸ ਅਸੀਂ ਚੈਪਟਰ ਨੰਬਰ ਇੱਕ 'ਤੇ ਹਾਂ, ਡਿਸਪੋਜੀਸ਼ਨ ਕੇ ਰੈਗੂਲਾ, ਇਹ ਉੱਤੇ ਲਿਖਿਆ ਕੁਇਜ਼ ਪਰ ਅਰਗੂਮੈਂਟ ਅਤੇ ਸੁਲਿਓਨ ਆਰਗੂਮੈਂਟੋ, ਥੱਲੇ ਲਿਖਿਆ ਇੱਕ, ਇਹ ਇੱਕ ਨੰਬਰ ਚੈਪਟਰ ਹੈ, ਡਿਸਪੋਜੀਸ਼ਨ ਹੈ ਕਿ ਰੈਗੂਲਾਨ, ਡਿਸਪੋਜੀਸ਼ਨ ਕਿ ਰੈਗੂਲਾਨ, ਇਹ ਚੈਪਟਰ ਨੰਬਰ ਇੱਕ ਹੈ, ਥੱਲੇ ਚੈਪਟਰ ਨੰਬਰ 2 ਆ ਜਾਂਦਾ ਹੈ, ਇਮਪੇ ਕੀ ਦਲ ਕੰਤ ਦਲ ਕੰਤ ਕੁਰਨੋ ਤੱਕ ਕੁਰਾਫੀ, 2 ਨੰਬਰ ਚੈਪਟਰ, ਠੀਕ ਹੈ। ਚੈਪਟਰ ਨੰਬਰ 3 ਜਿਹੜਾ ਕਿ ਨੋਰਮਲ ਤੁਹਾਡੀ ਬੀ ਵਾਲੇ ਵਿੱਚ ਮਿਲਦਾ ਹੀ ਹੈ, ਠੀਕ ਹੈ। ਜਿਹੜੇ ਬੀ ਵਾਲੇ ਸਵਾਲ ਨੇ, ਕੁਐਸਚਨ ਵਗੈਰਾ ਨੇ, ਜਿਹੜੇ ਫੋਟੋ ਵਗੈਰਾ ਨੇ, ਫੋਟੋਆਂ ਵਾਲਾ ਹੈ, ਠੀਕ ਹੈ। ਜ਼ਿਆਦਾਤਰ ਜਿਹੜੇ ਬੀ ਵਿੱਚ ਅਸੀਂ ਆਲਰੇਡੀ ਪੜ੍ਹੇ ਹੋਏ ਨੇ ਉਹਨਾਂ ਦੇ ਬਾਰੇ ਜ਼ਿਆਦਾਤਰ। ਅਤੇ ਇਨ ਕੇਸ ਜੇ ਫੋਰ ਐਗਜ਼ਾਮਪਲ ਅਸੀਂ 6 ਨੰਬਰ ਚੈਪਟਰ ਪੜ੍ਹਦੇ ਹਾਂ, 5 ਨੰਬਰ ਪੜ੍ਹਦੇ ਹਾਂ, ਜੇ 6 ਨੰਬਰ ਅਸੀਂ ਚੈਪਟਰ ਪੜ੍ਹੇ ਹੈ, 6 ਨੰਬਰ ਸਿਲੈਕਟ ਕਰਾਂਗੇ, 6 ਨੰਬਰ ਚੈਪਟਰ ਹੈ ਅਤੇ 136 ਨੰਬਰ ਪੇਜ ਹੈ, ਇਹਦੇ ਥੱਲੇ ਸੂਬੇ ਤੋਂ ਥੱਲੇ ਡਿਜ਼ਾਇਨ ਜਿਹੜੀ ਕੁਰੇਜੀ ਤੋਂ ਉੱਤੇ ਲਾਏ ਨਾ, 136 ਨੰਬਰ ਪੇਜ ਤੁਹਾਨੂੰ ਨਜ਼ਰ ਆ ਰਿਹਾ ਹੈ, 6 ਨੰਬਰ ਚੈਪਟਰ, 136 ਨੰਬਰ ਪੇਜ ਹੈ, ਇਹਦੇ 2 ਪੇਜ ਨੇ, ਜਿਵੇਂ ਕਰ ਗਏ ਇੱਕ ਚੈਪਟਰ ਦੇ 2 ਪੇਜ ਨੇ। ਇਸੇ ਤਰ੍ਹਾਂ ਇੱਕ ਨੰਬਰ ਚੈਪਟਰ ਹੈ, 1 ਨੰਬਰ ਪੇਜ, ਇਹਦੇ 17-18 ਪੇਜ ਨੇ। ਅਸੀਂ ਕੀ ਕਰਨਾ, ਤੁਸੀਂ ਜਿਵੇਂ ਕਿ ਮੈਂ ਤੁਹਾਨੂੰ ਥਿਊਰੀ ਪੜ੍ਹਾਈ ਹੋਣੀ ਹੈ, ਜਿਵੇਂ ਕਿ ਤੁਹਾਨੂੰ ਜਿਵੇਂ ਵੀ ਥਿਊਰੀ ਪੜ੍ਹਾਉਂਦਾ ਵਾਂ, ਤੁਸੀਂ ਉਹਨੂੰ ਦੁਬਾਰਾ ਰਿਪੀਟ ਕਰਕੇ ਫਿਰ ਇਹਨਾਂ ਕੁਐਸਚਨਾਂ 'ਤੇ ਆਉਣਾ, ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ 1 ਨੰਬਰ ਚੈਪਟਰ ਪੜ੍ਹਾਇਆ, ਠੀਕ ਹੈ। ਏ ਨੂੰ ਕਲਿੱਕ ਕਰਨਾ, ਚੈਪਟਰ ਨੰਬਰ 1 ਤੌਰ ਖੁੱਲ੍ਹਿਆ ਹੋਇਆ, ਜਾਂ ਇਨ ਕੇਸ ਜੇ ਮੈਂ ਤੁਹਾਨੂੰ 3 ਨੰਬਰ ਚੈਪਟਰ ਪੜ੍ਹਾਉਂਦਾ ਵਾਂ, 3 ਨੰਬਰ ਚੈਪਟਰ ਤੁਹਾਡਾ ਖੁੱਲ੍ਹਿਆ ਹੋਇਆ, ਇਹਦੇ ਸਵਾਲ ਵੇਰੋ ਫਾਲਸੋ ਕਰਨੇ ਨੇ, ਠੀਕ ਹੈ। ਇਹਨੂੰ ਪੜ੍ਹ ਕੇ ਕਰਨਾ, ਵੇਰੋ ਹੈ ਅਤੇ ਪੀ ਨੂੰ ਕਲਿੱਕ ਛੱਡ ਦੇਣਾ, ਫਾਲਸੋ ਅਤੇ ਐਫ ਨੂੰ ਕਲਿੱਕ ਕਰਕੇ ਛੱਡ ਦੇਣਾ, ਠੀਕ ਹੈ। ਇਸੇ ਤਰ੍ਹਾਂ ਸਾਰੇ ਕੁਐਸਚਨ ਵੇਰੋ ਫਾਲਸੋ, ਵੇਰੋ ਫਾਲਸੋ, ਜਿਵੇਂ ਵੀ ਪੜ੍ਹਦੇ ਨੇ ਉਵੇਂ ਕਰਨੇ ਨੇ। Conducenti di veicoli pesanti che trasportano merci devono considerare che le deformazioni della strada, se affrontate ad alta velocità, possono provocare sbandamenti pericolosi. ਇੱਕ ਫੋਟੋ ਹੈ ਜਿਹੜੀ ਡਿਫਰਮਾਤਾ, ਉਹਦੇ ਬਾਰੇ ਸਾਰੇ ਕੁਐਸਚਨ ਨੇ, ਠੀਕ ਹੈ। ਜਿਹੜੀ ਫੋਟੋ ਹੋਵੇਗੀ ਉਹਦੇ ਬਾਰੇ ਹੀ ਸਾਰੇ ਕੁਐਸਚਨ ਨੇ। ਕੁਐਸਚਨ ਵੱਡੇ ਦੇਖ ਕੇ ਘਾਬਰਨਾ ਨਹੀਂ ਹੈ ਵੀ ਕੁਐਸਚਨ, ਜਿਹੜੀ ਚੀਜ਼ ਸਮਝ ਨਹੀਂ ਆਉਂਦੀ ਤੁਸੀਂ ਮੇਰੇ ਕੋਲ ਮੈਨੂੰ ਸਕਰੀਨਸ਼ੋਟ ਲੈ ਕੇ ਭੇਜ ਸਕਦੇ ਹੋ, ਮੇਰੇ ਕੋਲ ਪੁੱਛ ਸਕਦੇ, ਜਿਹੜਾ ਲਫ਼ਜ਼ ਨਹੀਂ ਸਮਝ ਆਉਂਦੇ ਮੈਨੂੰ ਵਟਸਐਪ 'ਤੇ ਸੈਂਡ ਕਰ ਸਕਦੇ, ਮੈਂ ਤੁਹਾਨੂੰ ਰਿਪਲਾਈ ਕਰਾਂਗਾ। ਅਤੇ ਇਨ ਕੇਸ ਜੇ ਬਸ ਕਿਸੇ ਬੰਦੇ ਨੂੰ ਪੜ੍ਹਨ ਨੂੰ ਦਿੱਕਤ ਹੁੰਦੀ ਹੈ, ਉਹ ਇੱਥੋਂ ਨਹੀਂ ਕਲਿੱਕ ਕਰਦਾ। Le cisterne sono gli unici veicoli per trasporto di merci per i quali il segnale in figura non comporta particolare pericolo. ਜੇ ਤੁਸੀਂ ਇਸਨੂੰ ਕਲਿੱਕ ਕਰੋਗੇ ਦੱਸੇਗਾ ਤੁਹਾਨੂੰ, ਯਾਨੀ ਕਿ ਬੋਲੇਗਾ, ਬੋਲ ਕੇ ਦੱਸੇਗਾ ਤੁਸੀਂ ਵੇਰ ਕਰਨਾ, ਫਾਲਸੋ ਕਰਨਾ, ਵਾਰ ਫਾਲਸੋ ਕਰਕੇ ਸਭਾਂ ਨੂੰ ਕੁਰੇਜੀ ਨੂੰ ਕਲਿੱਕ ਕਰ ਦੇਣਾ। ਇਸੇ ਤਰ੍ਹਾਂ
ਦੂਸਰਾ ਪੇਜ, ਫਿਰ ਅੱਗੇ ਤੀਸਰਾ ਪੇਜ, ਚੌਥਾ ਪੇਜ, ਸਾਰੇ ਪੇਜ ਇੱਦਾਂ ਕਰਕੇ। ਇਨ ਕੇਸ ਜੇ ਤੁਹਾਡੀ ਗਲਤੀ ਹੁੰਦੀ ਹੈ, ਜਿਵੇਂ ਕਿ ਅਸੀਂ ਕੋਈ ਵੀ ਸਵਾਲ ਕਰ ਦਿੰਦੇ ਹਾਂ, ਸਿਨੈਰੀਓ ਫਿਗਰਾ ਤੁਹਾਨੂੰ ਸੀ ਇਨਕੋਂਤਰਾ ਮਾਈ ਸੁਲ, ਇਸ ਤਰ੍ਹਾਂ ਦੀ ਮੌਤਾਂ ਨੇ ਕਦੀ ਵੀ ਨਹੀਂ ਮਿਲਣ ਲਗਾ ਹੈ ਵੀ ਪਹਾੜਾਂ ਵਾਲੇ ਰੋਡ 'ਤੇ, ਠੀਕ ਹੈ। ਮਾਈ ਜਿਸ ਸਵਾਲ ਵਿੱਚ ਆਉਂਦਾ ਫਾਲਸੋ ਆਉਂਦੇ ਨੇ, ਅਸੀਂ ਇਸ ਕਰਕੇ ਇਸਨੂੰ ਫਾਲਸੋ ਕਰ ਦਿੰਦੇ ਹਾਂ, ਬਾਕੀ ਸਵਾਲ ਨਹੀਂ ਸੀ ਕੀਤੇ ਹੈ ਵੀ। ਇਹਨੂੰ ਫਿਰ ਕਰਨਾ ਕੁਰੇਜੀ, ਕੁਰੇਜੀ ਕਲਿੱਕ ਕਰਾਂਗੇ, ਬਾਕੀ ਸਾਰੇ ਸਾਡੇ ਗਲਤ ਹੋ ਗਏ ਨੇ, ਸਹੀ ਹੋ ਗਏ ਜਿਹੜਾ ਅਸੀਂ ਕੀਤਾ ਸੀ। ਜੇ ਇਨ ਕੇਸ ਤੁਹਾਡਾ ਇੱਕ ਗਲਤੀ ਹੁੰਦੀ, ਦੋ ਗਲਤੀ ਹੁੰਦੀ, ਤਿੰਨ ਗਲਤੀ ਹੁੰਦੀ, ਤੁਸੀਂ ਮੈਨੂੰ ਸੈਂਡ ਕਰਨੀਆਂ ਨੇ ਵਟਸਐਪ ਦੇ ਉੱਤੇ, ਮੈਂ ਤੁਹਾਨੂੰ ਵੋਇਸ ਮੈਸੇਜ ਕਰਾਂਗਾ, ਰਿਪਲਾਈ ਕਰਾਂਗਾ ਜੇ ਤੁਹਾਡੀ ਇੱਕ ਦੋ ਤਿੰਨ ਗਲਤੀਆਂ ਤੁਸੀਂ ਮੈਨੂੰ ਸੈਂਡ ਕਰਦੇ ਹੋ ਤਾਂ, ਠੀਕ ਹੈ। ਜੇ ਤੁਸੀਂ ਜ਼ਿਆਦਾ ਗਲਤੀਆਂ ਸੈਂਡ ਕਰੋਗੇ ਮੈਨੂੰ, ਤਾਂ ਮੈਂ ਤੁਹਾਨੂੰ ਕਾਲ ਕਰਕੇ ਅਤੇ ਗਲਤੀਆਂ ਤੁਹਾਡੀਆਂ ਦੱਸਾਂਗਾ, ਸਮਝਾਵਾਂਗਾ ਵੀ ਕਿਉਂ ਗਲਤੀ ਹੋਈ ਹੈ, ਕਿਵੇਂ ਹੋਈ ਹੈ। ਵਧੀਆ ਤੁਸੀਂ ਵਧੀਆ ਹੋਵੇਗਾ ਜੀ ਤੁਸੀਂ ਟਰਾਂਸਲੇਸ਼ਨ ਕਰਕੇ ਵੀ ਦੇਖੋ ਗਲਤੀਆਂ ਕਿਵੇਂ ਕਿਉਂ ਹੋਈ ਹੈ, ਠੀਕ ਹੈ। ਟਰਾਂਸਲੇਸ਼ਨ ਕਰਨ ਦਾ ਤੁਹਾਨੂੰ ਪਤਾ ਹੀ ਹੈ, ਕਿਸੇ ਵੀ ਚੀਜ਼ ਨੂੰ ਜਿਸ ਨੂੰ ਤੁਸੀਂ In presenza del segnale raffigurato occorre moderare particolarmente la velocità se si è alla guida di un'auto cisterna carica, soprattutto se non completamente piena. ਜਿਸ ਚੀਜ਼ ਦੀ ਵੀ ਤੁਸੀਂ ਟਰਾਂਸਲੇਸ਼ਨ ਕਰਨੀ ਉਹਨੂੰ ਦਬਾ ਕੇ ਰੱਖਣਾ ਉਂਗਲੀ ਨੂੰ, ਔਰ ਇੱਦਾਂ ਬਲੂ ਕਰ ਲੈਣਾ। ਬਲੂ ਕਰਕੇ ਜਿਹੜਾ ਆਪਸ਼ਨ ਆਉਂਦਾ ਪੂਰਾ ਕੁਐਸਚਨ ਵੀ ਤੁਸੀਂ ਕਾਪੀ ਕਰ ਸਕਦੇ ਹੋ, ਇੱਕ ਲਫ਼ਜ਼ ਵੀ ਕਾਪੀ ਕਰ ਸਕਦੇ ਹੋ, ਠੀਕ ਹੈ। ਉੱਥੇ ਕਾਪੀ ਦਾ ਆਪਸ਼ਨ ਆਵੇਗਾ, ਕਾਪੀ ਦਾ ਆਪਸ਼ਨ ਨੂੰ ਕਲਿੱਕ ਕਰਕੇ ਜੇਕਰ ਪੇਸਟ ਕਰ ਲੈਣਾ ਗੂਗਲ ਦੇ ਉੱਤੇ, ਗੂਗਲ ਟਰਾਂਸਲੇਟਰ ਦੇ ਉੱਤੇ। ਇਹ ਹੋ ਗਈ ਸਾਡੀ ਰਿਵੀਜ਼ਨ, ਜਿਹੜੇ ਸਮਝ ਨਹੀਂ ਆਉਣੀ ਸਕਰੀਨਸ਼ੋਟ ਲੈ ਕੇ ਮੈਨੂੰ ਸੈਂਡ ਕਰਨਾ, ਮੈਂ ਤੁਹਾਨੂੰ ਰਿਪਲਾਈ ਕਰਾਂਗਾ। ਇਹ ਰਿਵੀਜ਼ਨ ਹੋ ਗਈ, ਰਿਵੀਜ਼ਨ ਜਿਸ ਟਾਈਮ ਮੁਕੰਮਲ ਹੋ ਜਾਣੀ ਹੈ, ਜਿਵੇਂ ਕਿ ਹੋਮਵਰਕ ਮੈਂ ਤੁਹਾਨੂੰ ਦਿਆਂਗਾ, ਇਹ ਤੁਹਾਡਾ ਮੁਕੰਮਲ ਹੋ ਜਾਣਾ, ਇਹਦੇ ਤੋਂ ਬਾਅਦ ਸਕੇਦੇ ਕਰਨੇ ਨੇ ਮੈਕਸੀਮਮ। ਸਕੇਦੇ ਹੁਣ ਕਿਹਦੇ ਕਰਨੇ ਨੇ, ਜਿਵੇਂ ਕਿ ਅਸੀਂ 3 ਨੰਬਰ ਚੈਪਟਰ ਪੜ੍ਹੇ ਆ, ਜੇ 3 ਨੰਬਰ ਚੈਪਟਰ ਪੜ੍ਹਿਆ ਤਾਂ ਤੁਹਾਨੂੰ ਕੁਐਸਚਨ ਸਿਰਫ ਆਉਣੇ ਚਾਹੀਦੇ 3 ਨੰਬਰ ਚੈਪਟਰ ਦੇ, ਠੀਕ ਹੈ। ਫਿਰ ਇਸੇ ਸੋਫਟਵੇਅਰ ਨੂੰ ਉੱਤੇ ਕਰੋਸ ਨੂੰ ਕਲਿੱਕ ਕਰਕੇ, ਇਹ ਜਿਹੜਾ ਉੱਤੇ ਕਰੋਸ ਨਜ਼ਰ ਆ ਰਿਹਾ ਤੁਹਾਨੂੰ, ਕਰੋਸ ਨੂੰ ਕਲਿੱਕ ਕਰੋ, ਬੈਕ ਚਲਾ ਜਾਏਗਾ। ਬੈਕ ਜਾ ਕੇ ਉੱਤੇ ਜਿਹੜਾ ਇੱਕ ਸੈਟਿੰਗ ਦਾ ਆਪਸ਼ਨ ਹੈ, ਇਹ ਗਰਾਰੀ ਜੀ ਪਈ ਹੋਈ ਹੈ ਸੱਜੇ ਹੱਥ ਉੱਤੇ, ਇਹਨੂੰ ਕਲਿੱਕ ਕਰਨਾ, ਆਪਸ਼ਨ ਇਹ ਖੁੱਲ ਜਾਏਗਾ। ਗਰਾਰੀ ਨੂੰ ਕਲਿੱਕ ਕਰਾਂਗੇ ਜਿੱਥੇ ਕਰੋਸ ਹੈ ਇੱਥੇ ਗਰਾਰੀ ਵੀ ਆਉਂਦੀ ਹੈ, ਇਹਨੂੰ ਕਲਿੱਕ ਕਰਾਂਗੇ ਤਾਂ ਆਪਸ਼ਨ ਇਹ ਖੁੱਲ ਜਾਏਗਾ। ਇਹਦੀ ਸੈਟਿੰਗ ਹੈ, ਆਪਸ਼ਨ ਇਹ ਖੋਲ੍ਹ ਕੇ ਆਪਸ਼ਨ ਥੱਲੇ ਜਨਰਲ ਆਏਗਾ, ਕੁਇਜ਼ ਆਏਗਾ ਉਹਦੇ ਥੱਲੇ, ਲਿੰਗਵਾ ਆਏਗਾ ਉਹਦੇ ਥੱਲੇ, ਇਰੋਰੀ ਇਜ਼ਾਮੇ, ਇਜ਼ਾਮੇ ਦੇ ਇਜ਼ਾਮੇ ਦੇ ਜਿਹੜਾ ਹੈ ਨਾ, ਇਹਦੇ ਵਿੱਚ ਪੜ੍ਹਾਂਗੇ ਅਸੀਂ ਅੱਗੇ ਲਿਖਿਆ ਆਰਗੂਮੈਂਟ ਦੇ ਐਸਪੋਰ ਦਾ ਇਗਜ਼ਾਮ ਹੈ ਨਹੀਂ, ਉਹਦੇ ਨਾਲ ਉਹਨੂੰ ਕਲਿੱਕ ਨਹੀਂ ਕਰਨਾ, ਇੱਕ ਆਰਗੂਮੈਂਟ ਨੂੰ ਕਲਿੱਕ ਕਰਨਾ, ਠੀਕ ਹੈ। ਯਾਦ ਰੱਖਣਾ ਤੁਸੀਂ ਈ ਵਾਲੇ, ਏ ਵਾਲੇ, ਐਸ ਵਾਲੇ, ਆਰ ਵਾਲੇ ਨੂੰ ਕਲਿੱਕ ਨਹੀਂ ਕਰਨਾ, ਜਿਹੜੀ ਇੱਕ ਰਾਰੀ ਜੀ ਪਈ ਹੋਈ ਹੈ ਸੈਟਿੰਗ ਦੀ ਆਪਸ਼ਨ ਹੈ, ਇਹਨੂੰ ਕਲਿੱਕ ਕਰਨਾ ਹੈ। ਆਪਸ਼ਨ ਆ ਗਏ, ਆਪਸ਼ਨ ਥੱਲੇ ਜਨਰਲ ਹੈ, ਜਨਰਲ ਥੱਲੇ ਕੁਇਜ਼ ਹੈ, ਕੁਇਜ਼ ਦੇ ਥੱਲੇ ਲਿੰਗਵੇ, ਲਿੰਗਵੇ ਥੱਲੇ ਏਰੋਰ ਹੀ, ਏਰੋਰ ਥੱਲੇ ਇਗਜ਼ਾਮ ਹੈ, ਇਗਜ਼ਾਮ ਦੇ ਅੱਗੇ ਜਿਹੜਾ ਆਰਗੂਮੈਂਟ ਹੀ ਇਹਨੂੰ ਕਲਿੱਕ ਕਰਨਾ, ਆਰਗੂਮੈਂਟ ਨੂੰ ਕਲਿੱਕ ਕਰਕੇ ਦੇਖੋ ਜਿਵੇਂ ਇਹ ਤਾਂ ਦੋ ਸਿਲੈਕਟ ਹੋਏ ਸਨ ਪਹਿਲੇ, ਹੁਣ ਇਹ ਜਿਵੇਂ ਅਸੀਂ ਦੱਸਿਆ ਕਿ 3 ਨੰਬਰ ਚੈਪਟਰ ਫੋਰ ਐਗਜ਼ਾਮਪਲ ਅਸੀਂ ਪੜ੍ਹੇ ਆ ਪਹਿਲੇ, ਸਭ ਤੋਂ ਅਸੀਂ 3 ਨੰਬਰ ਚੈਪਟਰ ਨੂੰ ਸਿਲੈਕਟ ਕਰਾਂਗੇ ਸਿਰਫ, ਅਤੀਵਾ ਕਰਾਂਗੇ, ਠੀਕ ਹੈ। 3 ਨੰਬਰ ਨੂੰ ਸਿਲੈਕਟ ਕੀਤਾ, ਅਤੀਵਾ ਕੀਤਾ, ਫਿਰ ਦੁਬਾਰਾ ਅਸੀਂ ਕਨਫਰਮ ਕਰ ਲਾਂਗੇ, ਆਪਸ਼ਨ ਹੈ ਜਨਰਲ, ਇਕਵੀਜ, ਲਿੰਗਵਾ, ਇਰੋਰੀ, ਇਜ਼ਾਮ ਹੈ, ਆਰਗੂਮੈਂਟੀ ਨੂੰ ਕਲਿੱਕ ਕੀਤਾ, 3 ਨੰਬਰ ਸਾਡਾ ਸਿਲੈਕਟ ਹੋਇਆ, ਠੀਕ ਹੈ। 3 ਨੰਬਰ ਨੂੰ ਸਿਲੈਕਟ ਕੀਤਾ, ਹੋਰ ਕਿਸੇ ਚੈਪਟਰ ਨੂੰ ਸਿਲੈਕਟ ਨਹੀਂ ਕੀਤਾ ਹੈ ਵੀ। ਬੈਕ ਜਾਵਾਂਗੇ ਅਸੀਂ, ਐਕਟਿਵ ਕਰਾਂਗੇ, ਅਤੀਵਾ ਕਰਾਂਗੇ, ਫਿਰ ਬੈਕ ਜਾਵਾਂਗੇ, ਕ੍ਰੋਸ ਦਾ ਨਿਸ਼ਾਨ ਕਲਿੱਕ ਕਰਕੇ ਉੱਥੋਂ, ਹੁਣ ਅਸੀਂ ਸਿਮੂਲੇਸ਼ਨ ਐਗਜ਼ਾਮ ਹੀ ਖੋਲ੍ਹ ਸਕਦੇ ਹਾਂ। ਇਹਦੇ ਤੋਂ ਪਹਿਲੇ ਜੇ ਅਸੀਂ ਸਿਮੂਲੇਸ਼ਨ ਐਗਜ਼ਾਮ ਹੀ ਖੋਲ੍ਹਦੇ ਤਾਂ ਸਾਰੇ ਸਾਡੇ ਸਵਾਲ ਮਿਕਸ ਆਉਣੇ ਸਨ ਸਭਾਂ ਚੈਪਟਰਾਂ ਦੇ, ਹੁਣ ਸਿਰਫ ਅਸੀਂ ਸਿਲੈਕਟ ਕਰਕੇ ਐਕਟਿਵ ਕਰਕੇ ਆਏ ਹਾਂ ਸਿਰਫ 3 ਨੰਬਰ ਚੈਪਟਰ ਨੂੰ, ਤਾਂ ਸਿਰਫ 3 ਨੰਬਰ ਦੇ ਹੀ ਕੁਐਸਚਨ ਆਉਣਗੇ, ਇਹ ਸਾਡੇ ਪਹਿਲੇ ਆਏ ਹੋਏ ਨੇ। ਹੈਲੋ, ਆਪਸ਼ਨ ਹੈ ਜਨਰਲ, ਕੁਇਜ਼, ਲਿੰਗਵਾ, ਇਰੋਰੀ, ਇਗਜ਼ਾਮ ਹੈ, ਇਗਜ਼ਾਮ ਹੈ ਤੂੰ 3 ਨੰਬਰ ਨੂੰ ਸਿਲੈਕਟ ਕਰਕੇ, ਅਤੀਵਾ ਕਰਕੇ, ਠੀਕ ਹੈ, ਕ੍ਰੋਸ ਨੂੰ ਕਲਿੱਕ ਕਰਨਾ, ਸਿਮੂਲੇਸ਼ਨ ਇਗਜ਼ਾਮ ਹੈ। ਫਿਰ ਦੁਬਾਰਾ ਕਹਿੰਦੇ ਹਾਂ, ਆਪਸ਼ਨ ਹੈ ਜਨਰਲ, ਕੁਇਜ਼, ਲਿੰਗਵਾ, ਇਰੋਰੀ, ਐਗਜ਼ਾਮੀ, ਆਰਗੂਮੈਂਟ ਦੀ 3 ਨੰਬਰ ਨੂੰ ਡਿਸਲੈਕਟ ਕੀਤੇ ਅਸੀਂ, ਸਿਲੈਕਟ ਕਰਕੇ, ਅਤੀਵਾ ਕਰਕੇ,
क्रॉस नु क्लिक करना है, सिमुलेशन एग्जाम। सिर्फ सानू फोटो वाले क्वेश्चन आए ने जेडे किसी सिलेक्ट करके आए सर। ठीक है, इतने से स्किद करने ने 30 मिनट का टाइम है, एक स्किद आए। ठीक है, वेरो फालसो करने ने जे चाहते हो तुम, पढ़ने दुश्वारी होंगी है क्लिक करो, स्पीकर नु क्लिक टच Il करो, pannello in figura deve essere retroriflettente. बोलेगी। ठीक है, सुन के कर लो, मुनासिब है तुम पढ़ के करो, उद्देश्य इंप्रूवमेंट ज़्यादा आती है। जे तुम दिक्कत होती है पढ़ने में किसी बंद सुन के कर लो, जो लैंग्वेज वगैरह वजिए जानते तो, जो चीज़ समझ नहीं आती ट्रांसलेशन करके देख लो, ट्रांसलेशन करके नहीं समझ आती तो स्क्रीनशॉट लैके मैनू सेंड करो। जो स्क्रीनशॉट लैन का नहीं पता है भी तो वह भी मैं दसागा तुम्हें स्क्रीनशॉट के फोन है किमें लैना है। ठीक है, अच्छा पहले नंबर पर वेब बटन पर लिखना है सी, पहले नु क्लिक कर लेना है। ठीक है, इदन जो एग्जामिन कोर्स ऑफ क्लास में क्लिक करना है, इस चीज़ के बारे में मेहनती इन्हू क्लिक करना है। 3 नंबर चैप्टर लग गया होया, 3 नंबर चैप्टर के सारे पेज ने जोड़े, 3 नंबर चैप्टर जोड़ा शुरू होता वे 59 नंबर पेज तो, गुरुजी के उत्तर जो लाइन लिखी हुई उत्तर पेज लिखे हुए हैं, अगे पिछे तीर का निशान नैक्सट फॉरवर्ड रिवर्स का। ठीक है, अगर पिछे कर 3 नंबर चैप्टर के पेज है ने 169 तो 169 तक जाते हैं, 160 पेज ने, इन्हों क्लियर करना है, सारे नु पढ़ना है। ठीक है, क्वेश्चन वेरो फालसो करना है, जेडे नहीं समझ आते मेरे को पूछ लैन, सबनों वेरो फालसो करके कुरेजी करना है। दो दो कितने कई कई थावे तो 2 क्वेश्चन है, कई तो 4, कई तो 10, कई तो 20। ठीक है, सबनों करना है, जिस टाइम में ख़त्म हो जाए, जे इन केस जो असी 3 नंबर चैप्टर पढ़िया होया तो जोड़ा भी चैप्टर पढ़िया, फिर सैटिंग जाना है, सैटिंग जाके जनरल एक्विज लिंगवा एरोरी एग्जाम ए अर्गुमेंट तीन क्लिक करना है, 3 नंबर डिसलैक्ट कर लो गए, सिलेक्ट कर लो। ठीक है, अतीवा अतीवा कर लिया, फिर असी क्रॉस में क्लिक करके सिमुलेशन एग्जाम है, सिर्फ वही आवे जे 3 नंबर चैप्टर भी आते हैं। इसी तरह जिहड़ा जिहड़ा चैप्टर तुम पढ़ी जो कि नाल वो भी जुड़ जाना, जिवें 2 नंबर चैप्टर 1 नंबर चैप्टर पा लिया, फिर 3 नू ते 1 नू सिलेक्ट कर लेना, 6 नंबर चैप्टर पा लिया, 1 नू 3 नू 6 नू सिलेक्ट कर लेना। ठीक है, सिर्फ उन्होंने क्वेश्चन आवेंगे, तो उम्मीद करना तुम्हें समझ आई होनी है, तो मिलेंगे अगली वीडियो में, रब रखा।